ਉਹਨਾਂ ਮਾਵਾਂ ਦੀਆਂ ਉਹਨਾਂ ਭੈਣਾਂ ਦੀਆਂ ਵੀਡੀਓ ਦੇਖ ਕੇ ਅਸੀਂ ਪਿਛਲੇ 4-5 ਦਿਨਾਂ ਤੋਂ ਬਹੁਤ ਉਦਾਸ ਹਾਂ। ਜਿਸ ਦਿਨ ਤੋਂ ਇਹ ਘਟਨਾ ਹੋਈ ਆ ਵੀ ਸਾਡਾ ਇੱਥੇ ਦਿਲ ਨਹੀਂ ਲੱਗ ਰਿਹਾ। ਸੀਰੀਅਸਲੀ ਗੱਲ ਦੱਸੋ, ਹੁਣ ਵੀ ਸਾਨੂੰ ਐਂ ਲੱਗਦਾ ਵੀ ਸਰਕਾਰ ਤੋਂ 45 ਲੱਖ ਰੁਪਇਆ ਲੈ ਕੇ ਅਸੀਂ ਇਹਨਾਂ ਸ਼ਹੀਦੀਆਂ ਦਾ ਮੁੱਲ ਪਵਾ ਲਈਏ ਨਾ, ਫਿਰ ਮਤਲਬ ਲਾਂਤੀ ਹੈ ਸਾਡੇ। ਅੰਡਾਨੀ ਦੀ ਕੁੜੀ ਦਾ ਵਿਆਹ ਸੀ, ਕਰੋੜਾਂ ਦਾ ਲਹਿੰਗਾ ਪਾ ਕੇ ਇਹਨਾਂ ਨੂੰ 45-45 ਲੱਖ ਰੁਪਇਆ, ਕਿੱਡੀ ਗੱਲ ਆ ਯਾਰ। ਪਰ ਕਿਤੇ ਨਾ ਕਿਤੇ ਜੇ ਵਧੀਆ ਫੈਸਲੇ ਨਾ ਲਏ ਗਏ ਤਾਂ ਮੈਨੂੰ ਇਹ ਲੱਗਦਾ ਵੀ ਬਹੁਤ ਪਿੱਛੇ ਚਲੇ ਜਾਵਾਂਗੇ। ਤੇ ਟਿੱਕਰੀ ਬਾਰਡਰ ਤੇ ਆਏ ਅੱਜ ਸਾਰੇ ਭਰਾ ਨਾ, ਤੇ ਕੁਝ ਬੇਨਤੀਆਂ ਸੀ, ਕੁਝ ਗੱਲਾਂ ਸੀ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ, ਕਿਉਂਕਿ ਪਿਛਲੇ ਦਿਨਾਂ 'ਚ ਜਿਹੜਾ ਆ ਮਾਹੌਲ ਖਰਾਬ ਹੋਇਆ ਹੋਇਆ, ਜਿਹੜੀਆਂ ਘਟਨਾਵਾਂ ਨੂੰ ਹਾਦਸੇ ਦੱਸਦੇ ਨੇ, ਬੀਜੇਪੀ ਦੀ ਸਰਕਾਰ ਤੇ ਡਿਕਟੇਟਰ ਸਰਕਾਰ ਆ ਜਿਹੜੀ, ਪਤਾ ਹੀ ਆ ਯੂਪੀ ਦੇ ਵਿੱਚ ਕੀ ਹੋਇਆ, ਤੇ ਉਹਨਾਂ ਘਟਨਾਵਾਂ ਨੂੰ ਲੈ ਕੇ ਜੇ ਅੱਜ ਵੀ ਸਾਡਾ ਖੂਨ ਨਹੀਂ ਖੋਲਦਾ, ਜੇ ਅੱਜ ਵੀ ਸਾਡਾ ਖੂਨ ਨਹੀਂ ਬਾਲੇ ਮਾਰਦਾ, ਸਾਨੂੰ ਲੱਗਦਾ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਯਾਰ, ਹੈ ਨਾ, ਕਿਤੇ ਕਿਹਦੀ ਸ਼ਹੀਦੀ ਹੁੰਦੀ ਆ, ਕੌਣ ਮਰਦਾ ਨਾ, ਮੈਨੂੰ ਲੱਗਦਾ ਵੀ ਫਿਰ ਲਾਂਤੀ ਆ, ਬਸ ਲਾਂਤੀ ਪਾ ਸਕਦੇ ਹਾਂ। ਤੇ ਉਹਨਾਂ ਲੋਕਾਂ ਨੂੰ ਤਾਂ ਯੂਪੀ ਨਹੀਂ ਜਾ ਸਕਦੇ, ਇੱਥੇ ਆ ਜਾਓ ਬਾਰਡਰ ਤੇ, ਟਿੱਕਰੀ ਆ ਜਾਓ, ਸਿੰਘੂ ਆ ਜਾਓ, ਘੱਟ ਤੋਂ ਘੱਟ ਯਾਰ ਆਪਦੇ ਲੋਕਾਂ ਨਾਲ ਖੜੋ। ਜਦੋਂ ਬਜ਼ੁਰਗ ਸਾਡੇ ਇੰਨੀ ਇੰਨੀ ਉਮਰਾਂ ਦੇ ਬੈਠੇ ਨੇ ਇੱਥੇ, ਅੱਖਾਂ ਭਰਿਆਉਂਦੀਆਂ ਨੇ ਇਹਨਾਂ ਦੀਆਂ ਕਹਿੰਦਿਆਂ ਦੀਆਂ ਵੀ ਪੁੱਤ ਕੀ ਬਣੂਗਾ ਯਾਰ, ਹੈ ਨਾ। ਜੇ ਹੁਣ ਵੀ ਸਾਨੂੰ ਐਂ ਲੱਗਦਾ ਵੀ ਸਰਕਾਰ ਤੋਂ 45 ਲੱਖ ਰੁਪਇਆ ਲੈ ਕੇ ਅਸੀਂ ਇਹਨਾਂ ਸ਼ਹੀਦੀਆਂ ਦਾ ਮੁੱਲ ਪਵਾ ਲਈਏ ਨਾ, ਫਿਰ ਮਤਲਬ ਲਾਂਤੀ ਹੈ ਸਾਡੇ ਤੇ, ਇਹਨਾਂ ਫੈਸਲਿਆਂ ਤੇ ਵੀ ਲਾਂਤ ਆ ਯਾਰ, ਹੈ ਨਾ, ਜਿਹੜੇ ਲੋਕਾਂ ਦੇ ਹਿਤੈਸ਼ੀ ਫੈਸਲੇ ਹੋਣ। ਸੋ ਬਾਈ ਸਟੈਂਡ ਲੈਣ ਦੀ ਲੋੜ ਆ ਯਾਰ, ਕਰੜੇ ਐਕਸ਼ਨ ਕਰਨ ਦੀ ਲੋੜ ਆ। ਲੋਕ ਅੱਜ ਵੀ ਮੁੱਠੀਆਂ 'ਚ ਥੁੱਕੀ ਫਿਰਦੇ ਨੇ, ਪਰ ਕਿਤੇ ਨਾ ਕਿਤੇ ਜੇ ਵਧੀਆ ਫੈਸਲੇ ਨਾ ਲਏ ਗਏ ਤਾਂ ਮੈਨੂੰ ਇਹ ਲੱਗਦਾ ਵੀ ਬਹੁਤ ਪਿੱਛੇ ਚਲੇ ਜਾਵਾਂਗੇ ਅਸੀਂ। ਬਾਕੀ ਰੁਪਿੰਦਰ ਨੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ, ਇਹ ਹੋਰ ਸਪਸ਼ਟਤਾ ਨਾਲ ਤੁਹਾਨੂੰ ਗੱਲਾਂ ਸਮਝਾਊਗਾ। ਸਭ ਤੋਂ ਪਹਿਲੀ ਗੱਲ ਤਾਂ ਬਈ ਵੀ ਬਹੁਤ ਦੁੱਖ ਹੋਇਆ ਹਨਾ, ਵੀ ਸਾਡੇ ਜਿਹੜੇ ਕਿਸਾਨ ਜਿਹੜੀ ਬੀਜੇਪੀ ਨੇ 3 ਕਾਲੇ ਕਾਨੂੰਨ ਲੈ ਕੇ ਆਉਂਦੇ ਆ, ਉਹਨਾਂ ਦਾ ਜਿਹੜੇ ਵਿਰੋਧ ਦੇ ਵਿੱਚ, ਬੀਜੇਪੀ ਦੇ ਲੀਡਰਾਂ ਦੇ ਵਿਰੋਧ ਦੇ ਵਿੱਚ ਜਦੋਂ ਰੋਸ ਪ੍ਰਦਰਸ਼ਨ ਕਰ ਰਹੇ ਸੀ, ਤਾਂ ਬੀਜੇਪੀ ਦੇ ਇੱਕ ਸੀਨੀਅਰ ਲੀਡਰ ਦੇ ਮੁੰਡੇ ਨੇ ਕਿਹੜੇ ਹਿਸਾਬ ਦੇ ਨਾਲ ਆਪਣੀ ਗੱਡੀ ਥਾਰ ਚਾੜ ਕੇ ਸਾਡੇ ਨੌਜਵਾਨ ਮੁੰਡਿਆਂ ਦਾ, ਸਾਡੇ ਬਜ਼ੁਰਗਾਂ ਦਾ ਜਿਹੜਾ ਕਤਲ ਕੀਤਾ ਗਿਆ, ਕਤਲ ਹੋਇਆ, ਉਹਨਾਂ ਨੂੰ ਸ਼ਹੀਦ ਕੀਤਾ। ਔਰ ਬਹੁਤ ਦੁੱਖ ਲੱਗਿਆ ਹਨਾ, ਉਹਨਾਂ ਮਾਵਾਂ ਦੀਆਂ ਉਹਨਾਂ ਭੈਣਾਂ ਦੀਆਂ ਵੀਡੀਓ ਦੇਖ ਕੇ ਅਸੀਂ ਪਿਛਲੇ 4-5 ਦਿਨਾਂ ਤੋਂ ਬਹੁਤ ਉਦਾਸ ਹਾਂ। ਜਿਸ ਦਿਨ ਤੋਂ ਇਹ ਘਟਨਾ ਹੋਈ ਆ ਵੀ ਸਾਡਾ ਇੱਥੇ ਦਿਲ ਨਹੀਂ ਲੱਗ ਰਿਹਾ। ਸੀਰੀਅਸਲੀ ਗੱਲ ਦੱਸੀ ਹੈ ਨਾ। ਔਰ ਉਸ ਤੋਂ ਜਿਹੜੀ ਆ ਮਾੜੀ ਗੱਲ, ਜਦੋਂ ਮਾੜੇ ਫੈਸਲੇ ਹੋਣੇ ਬਈ, ਠੀਕ ਹੈ, ਦੇਖੋ 45 ਲੱਖ ਕੋਈ ਮਾਇਨੇ ਨਹੀਂ ਰੱਖਦਾ, ਠੀਕ ਹੈ। ਜਿਹੜੇ ਅੰਬਾਨੀਆਂ ਅੰਡਾਨੀਆਂ ਜਾਣੀ ਕਿ ਦੀ ਆਪਾਂ ਗੱਲ ਕਰਦੇ ਹਾਂ ਨਾ, ਜਿਸ ਮੋਦੀ ਸਰਕਾਰ ਦੇ ਪਿੱਛੇ ਅੰਬਾਨੀ ਅੰਡਾਨੀ ਨੇ ਜਾਂ ਲੀਡਰ ਨੇ, ਇਹਨਾਂ ਦੀਆਂ ਤਾਂ ਇਹਨਾਂ ਦੇ ਜਵਾਕਾਂ ਦੇ ਵਿਆਹਾਂ 'ਚ ਕਰੋੜਾਂ ਰੁਪਈਆਂ ਦੇ, ਤਾਂ ਬਈ ਉਹ ਲਹਿੰਗਾ ਪਾਉਂਦੇ ਨੇ। ਆਪਾਂ ਅੰਬਾਨੀ ਦੀ ਅੰਡਾਨੀ ਦੀ ਕੁੜੀ ਦਾ ਵਿਆਹ ਸੀ, ਕਰੋੜਾਂ ਦਾ ਲਹਿੰਗਾ ਪਾ ਕੇ ਇਹਨਾਂ ਨੂੰ 45-45 ਲੱਖ ਰੁਪਇਆ, ਕਿੱਡੀ ਗੱਲ ਆ ਯਾਰ, ਠੀਕ ਹੈ। ਇਹਨਾਂ ਨੇ ਹੁਣ ਤੱਕ ਲੋਕਾਂ ਦਾ ਖੂਨ ਚੂਸਿਆ, ਠੀਕ ਹੈ, 5 ਬੰਦੇ ਮਾਰੇ ਗਏ, ਉਹਨਾਂ ਨੂੰ ਆਖੇ ਜੀ 45-45 ਲੱਖ ਰੁਪਇਆ ਦੇਵਾਂਗੇ। ਸਭ ਤੋਂ ਪਹਿਲੀ ਗੱਲ ਤਾਂ ਜਿੰਨੇ NRI ਵੀਰ ਨੇ, ਸਾਨੂੰ ਫੋਨ ਬਹੁਤ ਆਉਂਦੇ ਆ, ਜਾਂ ਇੱਥੇ ਲੋਕ ਜਿਹੜੇ ਬੈਠੇ ਨੇ ਇਸ ਫੈਸਲੇ ਤੋਂ ਨਾ ਖੁਸ਼ ਨੇ, ਤੇ ਅਸੀਂ ਵੀ ਜਿਹੜੇ 10 ਮਹੀਨਿਆਂ ਤੋਂ ਇੱਥੇ ਡਟੇ ਹੋਏ ਆ ਇਸ ਬਾਰਡਰ ਦੇ ਉੱਤੇ, ਟਿੱਕਰੀ ਦੇ ਬਾਰਡਰ ਦੇ ਉੱਤੇ, ਜਾਂ ਹੋਰ ਵੀ ਜਿਹੜੇ ਲੋਕ ਇਨਸਾਫ ਪਸੰਦ ਲੋਕ ਨੇ, ਉਹ ਇਸ ਗੱਲ ਤੇ, ਇਸ ਫੈਸਲੇ ਤੇ ਬਿਲਕੁਲ ਵੀ ਖੁਸ਼ ਨਹੀਂ। ਔਰ ਨੰਬਰ 2 ਤੇ ਗੋਦੀ ਮੀਡੀਆ ਜਿਹੜਾ, ਉਹ ਕਿਹੜੇ ਹਿਸਾਬ ਦੇ ਨਾਲ ਆਪਦੇ ਲੋਕਾਂ ਨੂੰ ਸਹੀ ਕਰਨ ਤੇ ਸਿੱਧ ਹੋਇਆ ਵਾ, ਹਨਾ, ਤੇ ਸਾਡੇ ਲੋਕਾਂ ਨੂੰ ਬੇਨਤੀ ਆ ਯਾਰ, ਅਸੀਂ ਚੁੱਪ ਬੈਠੇ ਆ, ਠੀਕ ਆ, ਵੀ ਜੇ ਮਾਰੇ ਗਏ ਤਾਂ ਯੂਪੀ ਚ ਮਾਰੇ ਗਏ ਯਾਰ, ਸਾਡੇ ਮੁੰਡੇ ਮਾਰੇ ਗਏ, ਇੱਕ ਵਾਰੀ ਬਸ, ਠੀਕ ਹੈ, ਜਾਂ ਬਾਈ ਇਕੱਲੀ ਪੋਸਟ ਪਾਉਣ ਨਾਲ, ਜਾਂ ਥੱਲੇ ਵਾਹਿਗੁਰੂ ਲਿਖਣ ਨਾਲ, ਠੀਕ ਹੈ, ਜਾਂ ਕੋਈ ਹੋਰ ਆਪਾਂ ਜੋ ਵੀ ਆਪਾਂ ਸੋਗਮਈ ਜਿਹੜੇ ਸ਼ਬਦ ਲਿਖਦੇ ਹਾਂ ਉਹਨਾਂ ਨਾਲ ਗੱਲ ਨਹੀਂ ਬਣਨੀ।